ਮੈਂ ਤਾਂ ਛੋਟੀ ਵਾਲੀ ਡੋਨਾ ਆ ਛੋਟੀ ਛੋਟੀ ਨਹੀਂ ਚੱਲਣੀ ਇੱਥੇ ਵੀਰੇ ਇੱਥੇ ਉੜਦੀਆਂ ਤਿੰਨ ਤਾਵਾ ਪਤੰਗਾਂ ਆਪਾਂ ਡੋਣਾ ਅਖਲ ਛੱਜਾ ਸਾਡੇ ਲੁਧਿਆਣੇ ਕਹਿੰਦੇ ਛੱਜ ਸਾਡੇ ਅੰਬ ਤੱਕ ਤੈਨੂੰ ਕਹਿੰਦੇ ਛੱਜ ਵੱਡੇ ਨੂੰ ਇਹ ਡੋਨ ਨੂੰ ਤਾਂ ਪੰਜ ਬੰਦੇ ਲੱਗਦੇ ਹੋਣੇ ਮੇਰੇ ਹਿਸਾਬ ਨਾਲ ਵੀਰੇ ਲੁਧਿਆਣੇ ਵਾਲੇ ਪੰਜ ਲੱਗਦੇ ਹੋਣੇ ਪਰ ਅੰਮ੍ਰਿਤਸਰ ਵਾਲਾ ਇੱਕ ਹੀ ਡਾਲ ਦਿੰਦੇ ਵਿੱਚਾ ਪੈ ਗਿਆ ਜੀ ਤੇ ਚੱਕ ਓ ਬਾਈ ਆਦੇ ਆਲੇ ਡੋਰ ਬਾਈ ਨਹੀਂ ਨਹੀਂ ਆ ਦੇਖੋ ਸਬੂਤ ਹੈਗਾ ਤੁਹਾਡੇ ਸਾਹਮਣੇ ਹਾਂਜੀ ਕਿੱਦਾਂ ਵੀਰੇ ਸੋ ਗਾਇਜ਼ ਵੈਰੀ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਗੁੱਡ ਨਾਈਟ ਜਿਹੜੇ ਜਿਹੜੇ ਟਾਈਮ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਉਸ ਮੁਤਾਬਿਕ ਆਪਣੀ ਵਿਸ਼ ਆਪਣੇ ਕੋਲ ਰੱਖ ਲਿਓ ਗਾਇਜ਼ ਅੱਜ ਯਾਰ ਘੈਂਟ ਗੱਲਬਾਤ ਆ ਕਿਉਂਕਿ ਨਵੀਂ ਨਵੀਂ ਪੱਗ ਲਈ ਆ ਨਵੀਂ ਨਵੀਂ ਜੈਕਟ ਆ ਤੇ ਨਵਾਂ ਹੀ ਕੈਮਰਾ ਵਾ ਕਿਉਂਕਿ ਅੱਜ ਆਪਾਂ ਸ਼ੂਟ ਕਰ ਰਹੇ ਹਾਂ ਸੋਨੀ ZV-1 ਤੋਂ ਮੈਂ ਕਹਿੰਦਾ ਔਸਮ ਕੁਆਲਿਟੀ ਅਜੇ ਮੈਂ ਗੱਡੀ 'ਚ ਬੈਠਾ ਲੇਕਿਨ ਬਾਹਰਲੇ ਸ਼ੂਟ ਤੁਹਾਨੂੰ ਦਿਖਾਉਂਗਾ ਨਾਲੇ ਹੁਣ ਜਿਹੜੇ ਵਲੌਗਸ ਆਣੇ ਆ ਉਹਦੀ ਕੁਆਲਿਟੀ ਬੈਟਰ ਆਊਗੀ ਕਿਉਂਕਿ ਗਾਇਜ਼ ਤੁਸੀਂ ਵਲੌਗਸ ਨੂੰ ਇੰਨਾ ਪਿਆਰ ਦੇ ਰਹੇ ਸੀ ਤਾਂ ਮੈਂ ਸੋਚਿਆ ਯਾਰ ਥੋੜੀ ਕੁਆਲਿਟੀ ਆਪਾਂ ਅਪ ਕਰੀਏ ਜੇਬ ਢਿੱਲੀ ਕਰੀਏ ਪੈਸੇ ਖਰਚੀਏ ਥੋੜਾ ਤੇ ਗਾਇਜ਼ ਇਹ ਕੈਮਰਾ ਨਾ ਵੈਸੇ ਆਨਲਾਈਨ ਮਿਲਦਾ ਤੇ ਥੈਂਕ ਯੂ ਜਸਪ੍ਰੀਤ ਭਾਜੀ ਥੈਂਕ ਯੂ ਸੋ ਮਚ ਤੇ ਗਾਇਜ਼ ਸਾਨੂੰ ਪਤਾ ਟਾਈਟਲ ਦੇਖ ਲਿਆ ਤੁਸੀਂ ਨਹੀਂ ਵੇਸਟ ਨਹੀਂ ਕਰਦੇ ਆਪਾਂ ਸਿੱਧਾ ਟੌਪਿਕ ਤੇ ਹੁੰਨੇ ਆ ਕਿ ਕਾਈਟ ਫਲਾਈਂਗ ਕੰਪੀਟੀਸ਼ਨ ਵਿਦ ਵੀਰ ਰਾਮ ਗੜੀਆ ਮੈਂ ਕਹਿੰਦਾ ਬਾਲਾ ਬਣਿਆ ਫਿਰਦਾ ਵੀਰ ਰਾਮ ਗੜੀਆ ਵੀਰ ਰਾਮ ਗੜੀਆ ਖੜਾਉਂਦੇ ਆ ਖੜਾਉਂਦੇ ਆ ਕਿੱਥੇ ਰਹਿ ਗਏ ਭਾ ਖੜਾਉਂਦੇ ਨੇ 25 ਰੁਪਿਆ ਭਾ ਕਿੱਧਰ ਜਾਣਦੇ ਆ ਕੱਲੰਡੇ ਤੇ ਉਹਨੂੰ ਲੱਗਦਾ ਕਿ ਅੰਮ੍ਰਿਤਸਰ ਚ ਨਾ ਕੱਲਾ ਹੀ ਹੈਗਾ ਉਹ ਜਿਹੜਾ ਪਤੰਗ ਕੰਪੀਟੀਸ਼ਨ ਗੁੱਡੀਆਂ ਉਡਾਉਂਦੇ ਕੰਪੀਟੀਸ਼ਨ ਚ ਉਹ ਮੈਂ ਕਿਹਾ ਅੱਜ ਦਿਖਾ ਲਾਂਗੇ ਕਿ ਲੁਧਿਆਣੇ ਵਾਲਾ ਜੱਟ ਪਹੁੰਚ ਰਿਹਾ ਅੰਮ੍ਰਿਤਸਰ ਤੇ ਗੁੱਡੀਆਂ ਦਾ ਕੰਪੀਟੀਸ਼ਨ ਹੋਣਾ ਪਤੰਗਬਾਜ਼ੀ ਦਾ ਕੰਪੀਟੀਸ਼ਨ ਹੋਣਾ ਤੇ ਚੱਲਦੇ ਆਂ ਆਪਾਂ ਅੰਮ੍ਰਿਤਸਰ ਹੋਰ ਭਾਜੀ ਕੀ ਹਾਲ ਚਾਲ ਨੇ ਵਧੀਆ ਜੀ ਐਂ ਟਿਪ ਟੌਪ ਲੱਗ ਰਹੇ ਹੋ ਮੈਂ ਕਿਹਾ ਬਹੁਤ ਸੋਹਣੇ ਲੱਗ ਰਹੇ ਸੋ ਗਾਇਜ਼ ਜਸਪ੍ਰੀਤ ਭਾਜੀ ਆ ਚੁੱਕੇ ਨੇ ਬਹੁਤ ਤੰਗ ਕਰੀਦਾ ਆਪਾਂ ਕਿੱਥੇ ਲਗਾ ਲਿਓ ਇਹ ਨਹੀਂ ਕੱਢ ਦਿਓ ਭਾਈ ਇਹ ਤਾਂ ਕਾਫੀ ਵੱਡਾ ਮਾਈਕ ਆ ਪਰ ਇਹਨੇ ਕੁਆਲਿਟੀ ਬਹੁਤ ਬੈਟਰ ਹੋ ਜੂਗੀ ਨਾ ਬਹੁਤ ਬੈਟਰ ਹੋ ਜੂਗੀ ਸੋ ਗਾਇਜ਼ ਹੁਣ ਮੈਂ ਮਾਈਕ ਲਗਾ ਲਿਆ ਸੀ ਕੁਆਲਿਟੀ ਵਿੱਚ ਤੁਹਾਨੂੰ ਬੈਟਰ ਕੁਆਲਿਟੀ ਬੈਟਰ ਹੋਈ ਹੋਣੀ ਹੈ ਜਸਪ੍ਰੀਤ ਭਾਈ ਦਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਜਸਪ੍ਰੀਤ ਸਿੰਘ ਵਲੌਗਸ ਉੱਤੇ ਜਾ ਕੇ ਸਬਸਕ੍ਰਾਈਬ ਕਰਿਓ ਤੇ ਉੱਤੇ ਸਾਡੀ ਵੀਡੀਓਜ਼ ਵੀ ਆਣੀਆਂ ਨੇ ਅਸੀਂ ਘੁੰਮਣ ਚੱਲਿਆ ਕਿਤੇ ਤੇ ਉੱਥੇ ਵੀ ਤੁਹਾਨੂੰ ਵਲੌਗਸ ਨਜ਼ਰ ਆਣਗੇ ਬਸ ਛੇਤੀ ਮੈਂ ਕਹਿੰਦਾ ਛੇਤੀ ਸਾਡਾ ਜਿਹੜਾ ਟੂਰ ਬਣੇ ਤੇ ਮੈਨੂੰ ਬਹੁਤ ਐਕਸਾਈਟਮੈਂਟ ਆ ਚਲੋ ਚੱਲਦੇ ਆਂ ਅੰਮ੍ਰਿਤਸਰ ਚਲੋ ਭਾਜੀ ਚੱਲਦੇ ਆਂ ਅੰਨ ਮੰਨ ਧੰਨ ਅੰਨ ਮੰਨ ਪਤਾ ਨੀ ਕੀ ਬੋਲੀ ਜਾਂਦਾ ਅੰਮ੍ਰਿਤਸਰ ਏਦਾਂ ਹੋ ਹੀ ਨੀ ਸਕਦਾ ਆਪਾਂ ਦਰਬਾਰ ਸਾਹਿਬ ਮੱਥਾ ਨਾ ਟੇਕੀਏ ਪਹਿਲਾਂ ਚੱਲਦੇ ਆਪਾਂ ਦਰਬਾਰ ਸਾਹਿਬ ਸੋ ਗਾਇਜ਼ ਦਰਬਾਰ ਸਾਹਿਬ ਮੱਥਾ ਟੇਕ ਲਿਆ ਸੀਗਾ ਤੇ ਹੁਣ ਆਪਾਂ ਆਏ ਆ ਅਸਲਾ ਲੈਣ ਸ਼ਹੀਦ ਭਗਤ ਸਿੰਘ ਮਾਰਕੀਟ ਅਸਲਾ ਕਿਹੜਾ ਹੈਗਾ ਕਿਉਂਕਿ ਇਹ ਵਾਲਾ ਅਸਲਾ ਲੈਣ ਆਏ ਆ ਕਿਉਂਕਿ ਜਿਹੜਾ ਫਾਈਟ ਹੋਣੀ ਆ ਯਾਰ ਗੁੱਡੀਆਂ ਤਾਂ ਹੈ ਹੀ ਨਹੀਂ ਸਾਡੇ ਕੋਲ ਨਾ ਡੋਰ ਹੈਗੀ ਆ ਗੁੱਡੀਆਂ ਡੋਰ ਲਵਾਂਗੇ ਤਾਂ ਹੀ ਫਾਈਟ ਹੋਊਗੀ ਨਾ ਚੱਲਦੇ ਆ ਫਿਰ ਘੈਂਟ ਘੈਂਟ ਗੁੱਡੀਆਂ ਲੈਂਦੇ ਆ ਮੁੰਡਾ ਸਾਹੋ ਸਾਈ ਹੋ ਗਿਆ ਥੱਕ ਗਿਆ ਕਹਿੰਦਾ ਰਿਕਸ਼ਾ ਕਰੋ ਹੁਣ ਤੇ ਹੁਣ ਗਾਇਜ਼ ਆਪਾਂ ਗੱਡੀ ਚੱਕਣ ਚੱਲੇ ਆ ਤੋ ਆਪਣੇ ਕੰਪੀਟੀਟਰ ਪਹੁੰਚ ਚੁੱਕੇ ਨੇ ਆਪਣੇ ਕੋਲ ਕਿਉਂਕਿ ਹੈਲਪ ਲੈਣੀ ਪਈ ਯਾਰ ਵੀਰ ਰਾਮ ਗੜੀਆ ਸਾਹਿਬ ਕੀ ਹਾਲ ਚਾਲ ਪਹਿਲੀ ਗੱਲ ਤੇ ਭਾਜੀ ਮਾਫੀ ਲੇਟ ਹੋਣ ਵਾਸਤੇ ਤੇ ਕੀ ਹਾਲ ਚਾਲ ਸਾਰਿਆਂ ਨੂੰ ਸਾਰਿਆਂ ਦਾ ਹੋਪ ਆ ਕਿ ਸਾਰੇ ਵਧੀਆ ਹੋਵੋਗੇ ਤੇ ਬਸ ਹੁਣ ਆਪਾਂ ਚੱਲਨੇ ਆ ਗੁੱਡੀਆਂ ਲੈਣ ਵਾਸਤੇ ਵੈਸੇ ਭਾਈ ਨੂੰ ਕਿਹਾ ਸੀ ਯਾਰ ਇੱਕ ਦਿਨ ਹੋਰ ਖਲੋਵੋ ਆਪਾਂ ਅੰਮ੍ਰਿਤਸਰ ਘੁੰਮਾਂਗੇ ਪਰ ਟਾਈਮ ਬਹੁਤ ਥੋੜਾ ਭਾਈ ਹੋਣਾ ਕੋ ਮੈਂ ਤਾਂ ਕਹਿੰਦਾ ਰੁਕੋ ਕੱਲ ਅੰਮ੍ਰਿਤਸਰ ਘੁੰਮਾਂਗੇ ਪਹਿਲਾਂ ਚੱਲਦੇ ਆਪਾਂ ਕਿੱਥੇ ਚੱਲੇ ਆਪਾਂ ਜਾਣਾ ਆਪਾਂ ਪਹਿਲਾਂ ਪਤੰਗਾਂ ਖਰੀਦਣ ਵਾਸਤੇ ਚਲੋ ਗਾਇਜ਼ ਆਪਾਂ ਪਤੰਗਾਂ ਖਰੀਦਣ ਚੱਲਦੇ ਆ ਤੇ ਉੱਥੇ ਦਿਖਾਉਂਦੇ ਆ ਤੁਹਾਨੂੰ ਅੰਮ੍ਰਿਤਸਰ ਦੀਆਂ ਘੈਂਟ ਘੈਂਟ ਗੁੱਡੀਆਂ ਹਾਂ ਚਲੋ ਗੁੱਡੀਆਂ ਕਹਿੰਦੇ ਹੁੰਦੀਆਂ ਗੁੱਡੀਆਂ ਆਹੋ ਇੱਥੇ ਗੁੱਡੀਆਂ ਪਤੰਗਾਂ ਮਤਲਬ ਗੁੱਡੀ ਜਿਹੜੀ ਸਕੁਏਅਰ ਹੁੰਦੀ ਨਾ ਜਿਹੜੀ ਉਹ ਗੁੱਡੀ ਆ ਪਤੰਗ ਜਿਹੜੀ ਉਹ ਤਿੱਖੇ ਨੋਕ ਵਾਲੀ ਹੁੰਦੀ ਨਾ ਉਹਨੂੰ ਪਤੰਗ ਕਹਿੰਦੇ ਸਾਡੇ ਪੂਰੇ ਇੰਡੀਆ ਦੇ ਪਤੰਗ ਕਹਿੰਦੇ ਨਾ ਪਤੰਗ ਕਹਿੰਦੇ ਪਤੰਗ ਅਸੀਂ ਲੁਧਿਆਣੇ ਵਾਲੇ ਵੀ ਪਤੰਗ ਕਹਿੰਦੇ ਹਨਾ ਸਾਡੇ ਇੱਥੇ ਗੁੱਡੀਆਂ ਪਤੰਗਾਂ ਪਤੰਗ ਦੋਵੇਂ ਕਹਿੰਦੇ ਚਲੋ ਚੱਲਦੇ ਆ ਫਿਰ ਬਾਕੀ ਗੱਲਾਂ ਉੱਥੇ ਜਾ ਕੇ ਕਰਦੇ ਆ ਵੀਰੇ ਆਪਾਂ ਡੋਣੀ ਆ ਤਿੰਨ ਤਵਾ ਤਿੰਨ ਤਵਾ ਹਾਂਜੀ
डेढ़ तवा दिखाओ डेढ़ तवा नहीं होना अपनी डेढ़ तवा आएगा मैं भी डेढ़ तवा लाऊंगा बराबर की गुड्डी होगी ता ही पेचे लगन गए बराबर की आप ऐसा कर दे चलो ठीक है ना ताड़ी ना मेरी आप चार गुड़िया लेने छोटिया तो चार लेने वड्डिया ठीक है जी चार ही आप गाइड फाइड करा दूजे देख देख मुझे ठीक है जी डन डन चलो हाँ आप ढोना अखल छज्जा साडे लुधियाने कहते छज ये मैं सही लगता पैसा बहुत अंबरसर इधर देखो सिद्धू मूसे वाला एदा बड़ा पंगा चलता पिया पायल गू खा की बोलना नहीं मैं हेल्प करता हुंदा ओही रगड़ा जांदा हुंदा अभी बड़े चलाक होने लुधियाने वाले लुधियाने वाले नहीं पता कन्नियां बनियां कि नहीं बनियां वेलो इन्नू कन्नी कि ओ मैनू लग्गिया इधर वा बग गंदा बनिया सी इधर आ रामणियां गल तेरे वाला जे ना 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 एड़ी एड़ जे सकदे मसला आले कोलो ठीक है तैनू परियल इन्नू कहंदे आपा पतंग इन्नू कहंदे पतंग इन्नू ही कहंदे पतंग हां ओ देखो बड़े बड़े गड्डे ओ तो जाय के आ देखो ओ क्या बात है डरा सकदे लुधियाने वाले इन्ने बड़े गड्डे चुप कराता बैटल ग्राउंड पहुंच चुके बैटल छत बैटल छत तुहाडा कोठा केड़ा बब्बू आंदे रखना नहीं तुसीं यार मैं सिद्धू मूसे वाला रखना चलो चलो मेरे को बब्बू मान साहब ने उधर सिद्धू मूसे वाला पहला आप करदे छोटियां तो ठीक है खेंचे खूंचे छोटियां तो शुरू करदे ते मैं दसना चाहुंना तुसीं हर साल डोने गुड्डियां पिछले दो तीन साल गाइस मैं 14 साल बाद गुड़िया डोन लगा 14 साल बाद कवर करना हो नहीं नहीं मैं कवर करना ए मैं नहीं नहीं ए मैं कह रहा हूं मैनू पुराना एक्सपीरियंस है पुराना एक्सपीरियंस ओके ठीक है भाई ਤੁਹਾਨੂੰ 14 ਸਾਲ ਦਾ ਤੇ ਇਧਰ ਤਿੰਨ ਹੋਰ ਲਾ ਲਓ ਕਿੰਨੇ ਹੋ ਗਏ 17 ਸਾਲ ਹੋ ਗਏ ਤਾਂ ਰਾਮਗੜੀਆ ਸਾਹਿਬ ਇਧਰ ਹੋਣਗੇ ਤੇ ਮੈਂ ਹੋਊਗਾ ਉਹ ਵਾਲੀ ਸਾਈਡ ਓਏ ਆਪਣੇ ਸਾਹ ਦੇ ਚੁੱਕ ਯਾਰ ਇੱਕ ਬੰਦਾ ਚਾਹੀਦਾ ਮੈਨੂੰ ਨਾਲ ਤੁਸੀਂ ਇੱਧਰ ਜੇ ਹੈਡ ਆਇਆ ਇੱਧਰ ਠੀਕ ਹੈ ਚਲੋ ਠੀਕ ਹੈ ਚਲੋ ਟੇਲ
जित गया रोंडी पींदे यार कोई गल नहीं रोंडी 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 कोठे चढ़दा होया सो आपा पल्ला छोटा पतंग डा रहे किस्मत वाला पतंग होवे आ रहा आ रहा आ वाला आ रहा ਆਪਾਂ ਵੱਡੇ ਵੱਡੇ ਦੇ ਝੱਪ ਕੱਢੀ ਦੇ ਹੁਣ ਪਤੰਗ ਦਾ ਕੱਢਦੇ ਆ ਜਿਆਦਾ ਨਾ ਨਿਕਲ ਜਾਏ ਉਹ ਟੁੱਟੀ ਜਾਵੇ ਉਹਦਾ ਵੜਦਾ ਹੀ ਹਵਾ ਘੱਟ ਆ ਯਾਰ इधर तो हो गया काम स्टार्ट उधर उड़े ही नहीं दिखाए उधर उड़े ही नहीं भरा मेरा साइड से ही हाँ जी उड़े नहीं आज आज बड़ी नहीं गल हो जाता उत्ते बधा के लावे ओहो पेचा पै गए ਕੰਨੀਓ ਖਾ ਗਿਆ ਜੀ ਉਹ ਮੇਰਾ ਕੰਨੀਓ ਖਾ ਗਿਆ ਵਧਾ ਲੈਂਦੇ ਅਜੇ ਯਾਰ ਆ ਗਿਆ ਚੱਲ ਚੱਕ ਕਾਲੀ ਕਰ ਗਿਆ ਕਾਲੀ ਸਭ ਪੁਆਇੰਟ ਮਿਲ ਚੁੱਕਾ ਲੁਧਿਆਣੇ ਵਾਲਿਆਂ ਨੂੰ ਉਹ ਖੰਡਾ ਆਏ ਚਮੇੜੀ ਚਮੇੜੀ ਹੈ ਹੋ ਨਹੀਂ ਆਣਾ ਦੂਰ ਚਲਾ ਗਿਆ ਨਾ ਪਹਿਲੇ ਆਣਾ ਹੈ ਹਾਂਜੀ ਬਸ ਲੱਭੋ ਲੱਭੋ ਸ਼ਕਲ ਦਿਖਾਓ ਮੜੀ ਜੀ ਸ਼ਕਲ ਦਿਖਾਓ ਐਕਸਪੀਰੀਅੰਸ ਬੰਦੇ ਕੋਈ ਨਾ ਵੀਰ ਮੈਂ ਬਰਾਬਰ ਕਰ ਦੂੰ ਹੁਣ ਮੈਂ ਕੋਈ ਨਾ ਮੈਂ ਵੀ ਮਾਨ ਰੱਖ ਲੂੰਗਾ ਇੱਕ ਇੱਕ ਪੁਆਇੰਟ ਕਰ ਦੂੰਗਾ ਯਾਰ ਇਹ ਚੰਗਾ ਨਹੀਂ ਲੱਗਦਾ ਯਾਰ ਚੱਲ ਕੜਕ ਕਰਦਾ ਥੱਲੇ ਲੈ ਜੀ ਦੋ ਹੋ ਗਏ ਹਾਂ ਦੱਸ ਵਧੀਆ ਕਿੰਨੀ ਡੋਰ ਖਿੰਚਾ ਤੇਜ਼ ਭਾਈ ਦਾ ਮੈਂ ਹਾਰ ਮੰਨ ਗਿਆ ਵੀਰ ਰਾਮਗੜੀਆ ਹਾਰ ਮੰਨ ਚੁੱਕੇ ਨੇ ਤੁਸੀਂ ਦੇਖ ਰਹੇ ਉੱਧਰ ਕਹਿੰਦੇ ਬਈ ਪਹਿਲੀ ਵਾਰ 'ਚ ਹੀ ਹੋ ਗਿਆ ਇੱਦਾਂ ਹਲਕੇ 'ਚ ਲੈ ਰਹੇ ਸੀਗੇ ਲੁਧਿਆਣੇ ਵਾਲਿਆਂ ਨੂੰ ਖੜ ਜਾਓ ਖੜ ਜਾਓ ਇੱਕ ਵਾਰੀ ਮਾਨ ਰੱਖ ਲਿਆ ਬਸ ਹੁਣ ਦਬਾਬੇ ਵਾਲਿਆਂ ਨੂੰ ਤੇਰਾ ਫੇਰ ਚੱਲ ਜਾਣਾ ਆਪ ਤੋੜਤਾ ਇੱਥੇ ਡਿਗਿਆ ਯਾਰ ਉਹ ਮੈਂ ਕਿਹਾ ਮੈਂ ਵੀ ਮਾਨ ਰੱਖਦਾ ਭਰਾ ਦੇਣਾ ਵੀ ਚੱਲ ਇੱਕ ਇੱਕ ਪੁਆਇੰਟ ਹੋ ਗਿਆ ਹਾਂ ਉਡਾਉਂਦੇ ਹਾਂ ਯਾਰ ਚਲੋ ਲਓ ਜੀ ਉਸਤਾਦ ਜੀ ਆ ਚੁੱਕੇ ਨੇ ਹਾਂਜੀ ਲੈਜੈਂਡ ਲੈਜੈਂਡ ਪੁਰਾਣੇ ਖੁੰਡ ਪੁਰਾਣੇ ਹੀ ਹੁੰਦੇ ਨੇ ਆ ਪੁਰਾਣੇ ਖੁੰਡ ਪੁਰਾਣੇ ਹੀ ਹੁੰਦੇ ਨੇ ਜੋ ਟ੍ਰੈਂਡ ਚੱਲ ਰਿਹਾ ਫਿਰ ਟ੍ਰੈਂਡ ਹੀ ਆ ਆ ਟ੍ਰੈਂਡ ਬਦਲ ਦਿੰਦੇ ਇੱਧਰ ਮੈਂ ਜੀ ਤਲਾਵਾਂ ਪਾਲੀਆਂ ਆਪਾਂ ਉਹ ਜੀ ਉਸਤਾਦ ਸਾਹਿਬ ਰੇੜੀ ਨੇ ਤਲਾਵਾਂ ਪਾਲੀਆਂ ਮੈਂ ਕਹਿੰਦਾ ਪੂਰੀ ਗੱਲਬਾਤ ਕੀ ਪੇਚਾ ਲਾਉਣਾ ਸਾਫ ਸਾਫ ਪੇਚਾ ਬਿਲਕੁਲ ਲਓ ਜੀ ਰੂਲ ਇਹ ਆ ਕਿਸੇ ਨੇ ਖਿੰਚਾ ਨਹੀਂ ਮਾਰਨਾ ਅਸੀਂ ਖਿੱਚ ਕਹਿੰਦੇ ਖਿੰਚਾ ਕਹਿੰਦੇ ਨੇ ਬਿਲਕੁਲ ਸਾਫ ਪੇਚਾ ਲੱਗੂਗਾ ਠੀਕ ਆ ਵੀਰ ਖਿੱਚਾ ਦੋ ਖਿੱਚਾ ਸਾਫ ਪੇਚਾ ਢਿੱਲ ਦੇ ਕੇ
ਸਾਨੂੰ ਹਵਾ ਲੱਗੀ ਆ ਇਹਨਾਂ ਨੂੰ ਬੜੀ ਹਵਾ ਲੱਗੀ ਆ ਥੋੜਾ ਜਿਹਾ ਉਹ ਬਣਾ ਲੈਂਦੇ ਆ ਥੋੜਾ ਜਿਹਾ ਖੜ ਜਾਓ ਖਿੱਚ ਨਹੀਂ ਮਾਰਨੀ ਇਹ ਕੰਮ ਫਿਰ ਉਹੀ ਕਰਨ ਦਿਆ ਏ ਲਓ 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 ਫਿਰ ਖਿੱਚ ਨਹੀਂ ਮਾਰਨੀ ਪਰੇ ਕਰ ਲਓ ਫਿਰ ਖਿੱਚ ਨਹੀਂ ਮਾਰਦਾ ਇੱਕ ਵਾਰ ਉੱਪਰ ਕਰ ਲਓ ਨਹੀਂ ਮਾਰਦੇ ਖਿੱਚ ਫਿਰ ਮੈਨੂੰ ਲੱਗਿਆ ਤੁਸੀਂ ਮਾਰਨ ਲੱਗੇ ਹੋ ਮਾਰਨ ਨਹੀਂ ਲੱਗੇ ਹੁਣ ਉਹ ਖਿੱਚ ਨਹੀਂ ਮਾਰਨੀ ਪਰੇ ਕਰ ਲਓ ਯਾਰ ਦੋ ਮਿੰਟ ਉਹ ਦੋ ਮਿੰਟ ਡਿਸਕਸ ਕਰਨਾ ਸੀ ਬਸ ਅੰਕਲ ਨੇ ਵੀ ਲਿਆ ਦੀ ਪਿੰਨੀ ਕਰੀਏ ਥੋੜ੍ਹਾ ਜਿਹਾ ਉਹ ਬਣਾ ਲੈਂਦੇ ਹਾਂ ਥੋੜ੍ਹਾ ਜਿਹਾ ਖੜ ਜਾਓ ਖਿੱਚ ਨਹੀਂ ਮਾਰਨੀ ਇਹ ਕੰਮ ਫਿਰ ਉਹੀ ਕਰਨ ਦਿਆ ਏ ਲਓ 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 ਫਿਰ ਖਿੱਚ ਨਹੀਂ ਮਾਰਨੀ ਪਰੇ ਕਰ ਲਓ ਫਿਰ ਖਿੱਚ ਨਹੀਂ ਮਾਰਦਾ ਇੱਕ ਵਾਰ ਉੱਪਰ ਕਰ ਲਓ ਨਹੀਂ ਮਾਰਦੇ ਖਿੱਚ ਫਿਰ ਮੈਨੂੰ ਲੱਗਿਆ ਤੁਸੀਂ ਮਾਰਨ ਲੱਗੇ ਹੋ ਮਾਰਨ ਨਹੀਂ ਲੱਗੇ ਹੁਣ ਉਹ ਖਿੱਚ ਨਹੀਂ ਮਾਰਨੀ ਪਰੇ ਕਰ ਲਓ ਯਾਰ ਦੋ ਮਿੰਟ ਉਹ ਯਾਰ ਖੜ ਜਾ ਯਾਰ ਦੋ ਮਿੰਟ ਉਹ ਡਿਸਕਸ ਕਰਨਾ ਯਾਰ ਮੈਂ ਥੱਲੇ ਲਾ ਦੇਣਾ ਉਹ ਥੱਲੇ ਲਾ ਦੇਣਾ ਯਾਰ ਮੈਂ ਦੋ ਮਿੰਟ ਉੱਪਰ ਕਰ ਲੈ ਦੋ ਮਿੰਟ ਡਿਸਕਸ ਕਰ ਲੈਂਦੇ ਮੈਨੂੰ ਸਾਫ ਲਾਈਏ ਦੋ ਮਿੰਟ ਯਾਰ ਡਿਸਕਸ ਹੋ ਰਿਹਾ ਉਹ ਭੈਣ ਉੱਪਰ ਰੱਖੋ ਨਾ ਢਿੱਲ ਮਾਰੀ ਨੀ ਤੁਸੀਂ ਹਵਾ ਚ ਏਦਾਂ ਥੋੜੀ ਹੋਣਾ ਕੋਈ ਗੱਲ ਨੀ ਦੋ ਦੋ ਮਿੰਟ ਕੋਈ ਨੀ ਹੋਣਾ ਦੋ ਦੋ ਮਿੰਟ ਕੋਈ ਨੀ ਹੈਗਾ ਸਬੂਤ ਹੈਗਾ ਤੁਹਾਡੇ ਸਾਹਮਣੇ ਸਬੂਤ ਹੈਗਾ ਆਹ ਦੇਖੋ ਯਾਰ ਸਬੂਤ ਸਾਹਮਣੇ ਆ ਹਨਾ ਹੱਥ ਚ ਤੁਹਾਡੇ ਡੋਰ ਵੀ ਨੀ ਹੱਥ ਚ ਵੀਰ ਰਾਮਗੜੀ ਆਪ ਹਾਰ ਚੁੱਕਾ ਤੇ ਲੋਕਾਂ ਦੀਆਂ ਗੁੱਡੀਆਂ ਫੜ ਫੜ ਚੜਾ ਰਿਹਾ ਆ ਖੋ ਖੋ ਕੇ ਬਾਈ ਕਿਉਂ ਖੋ ਖੋ ਕੇ ਚੜਾ ਰਿਹਾ ਬਾਈ ਕੀ ਕਹਿਣਾ ਤੁਹਾਡਾ ਆਪਣਾ ਦਿਲ ਖੁੱਲਾ ਯਾਰ ਅੜਾਓ ਕੋਈ ਨਾ ਸਾਡੀਆਂ ਗੁੱਡੀਆਂ ਡਾਲੋ ਕੋਈ ਗੱਲ ਨਹੀਂ ਅਮਨ ਬਾਈ ਜੀ ਦੇਖਦੇ ਨੇ ਦੱਸੂਗਾ ਤੁਹਾਨੂੰ ਦੇਖ ਲਿਆ ਤੁਸੀਂ ਰਿਜ਼ਲਟ ਕੀ ਆਇਆ ਆਪਾਂ ਜਿੱਤ ਚੁੱਕੇ ਆਪਾਂ ਜਿੱਤੇ ਆ 10000 ਆਪਾਂ ਜਿੱਤੇ ਆ ਯਾਰ ਫੁੜੇ ਦੇਖ ਲੈਣਾ ਅਸੀਂ ਜਿੱਤੇ ਆ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਆਪਾਂ ਗੁੱਡੀ ਵੱਢੀ ਇਹਨਾਂ ਦੀ ਠੀਕ ਆ ਦੂਜੀ ਵਾਰ ਵੀ ਵੱਢੀ ਦੂਜੀ ਵਾਰ ਰੋਂਡੀ ਵੱਢ ਲਈ ਤੀਜੀ ਵਾਰ ਵੀ ਤੁਸੀਂ ਵੱਢੀ ਚੌਥੀ ਵਾਰ ਵੀ ਤੁਸੀਂ ਵੱਢੀ ਹਨਾ ਹਾਂਜੀ ਵੱਢੀ ਅੱਛਾ ਅੱਛਾ ਓਕੇ ਤੁਸੀਂ ਯਾਰ ਮੇਰਾ ਵਲੋਗ ਵੇਖਿਆ ਤੁਹਾਨੂੰ ਪਤਾ ਲੱਗ ਜੂਗਾ ਤੁਸੀਂ ਆਹ ਵਲੋਗ ਮੈਂ ਕੁਛ ਡਿਲੀਟ ਨਹੀਂ ਕਰਨ ਵਾਲਾ ਸਾਰਾ ਵਲੋਗ ਅਪਲੋਡ ਕੀਤਾ ਮੈਂ ਸਾਨੂੰ ਪਤਾ ਕੁਛ ਜੋ ਜੋ ਕਰੋਪ ਹੋਏ ਸਾਨੂੰ ਸਭ ਪਤਾ ਤੁਸੀਂ ਥੱਲੇ ਗਾਇਸ ਕਮੈਂਟ ਕਰਕੇ ਦੱਸਿਓ ਠੀਕ ਆ ਬਈ ਕੌਣ ਵਿਨਰ ਆ ਵੀਰ ਕੇ ਅਮਨ ਕੀ ਲੋੜ ਆ ਸਾਰਿਆਂ ਨੂੰ ਪਤਾ ਅਸੀਂ ਜਿੱਤੇ ਆ ਥੱਲੇ ਕਮੈਂਟ ਕਰਕੇ ਦੱਸਿਓ ਠੀਕ ਆ ਰਿਜ਼ਲਟ ਤੁਹਾਨੂੰ ਪਤਾ ਲੱਗ ਗਿਆ ਅਸੀਂ ਜਿੱਤੇ ਆ ਥੱਲੇ ਕਮੈਂਟ ਕਰਕੇ ਦੱਸਿਓ ਵੀ ਕੌਣ ਜਿੱਤਿਆ ਤੁਸੀਂ ਸਾਰੀ ਫੁਟੇਜ ਦੇਖ ਲਈ ਮੈਂ ਕੁਛ ਵੀ ਡਿਲੀਟ ਨਹੀਂ ਕੀਤਾ ਆਪਾਂ ਜਿੱਤ ਚੁੱਕੇ ਹਾਂ ਯਾਰ ਬਾਕੀ ਅਗਰ ਤੁਹਾਨੂੰ ਹਜੇ ਵੀ ਸ਼ੱਕ ਲੱਗਦਾ ਇੱਕ ਕੰਪੀਟੀਸ਼ਨ ਹੋਰ ਰੱਖਾਂਗੇ ਆਪਾਂ ਫਿਰ ਦੇਖਾਂਗੇ ਬਸੰਤ ਤੇ ਬਸੰਤ ਤੇ ਠੀਕ ਆ ਚਲੋ ਠੀਕ ਆ ਸੋ ਗਾਇਜ਼ ਇਹ ਸੀ ਆਪਣਾ ਪਿਆਰਾ ਜਿਹਾ ਵਲੌਗ ਅਗਰ ਤੁਹਾਨੂੰ ਪਸੰਦ ਆਇਆ ਇਦਾਂ ਦੇ ਵਲੌਗਸ ਮੈਂ ਪਹਿਲੀ ਵਾਰ ਅਟੈਂਪਟ ਕਰ ਰਿਹਾ ਤੇ ਮੈਂ ਪਹਿਲੀ ਵਾਰ 14 ਸਾਲਾਂ ਬਾਅਦ ਮੈਂ ਕਾਈਟ ਫਲਾਈ ਕੀਤਾ ਤੇ ਫਿਰ ਵੀ ਜਿੱਤ ਗਏ ਆਪਾਂ ਕਮਾਲ ਕਰ 14 ਸਾਲ ਬਾਅਦ ਗੱਲ ਤੇ ਕਵਰ ਕੀਤੀ ਆ ਜੋ ਮਰਜ਼ੀ ਕਹਿ ਲਓ ਨੇ ਹਾਂ ਸੋ ਗਾਇਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਮੈਨੂੰ ਕਾਫੀ ਉਮੀਦ ਆ ਵੀਡੀਓ ਤੋਂ ਤੇ ਅਗਰ ਤੁਸੀਂ 25000 ਤੇ ਲਾਈਕ ਕਰ ਦਿੰਦੇ ਹੋ ਤਾਂ ਫਿਰ ਬਸੰਤ ਤੇ ਫਿਰ ਠਾਠਾ ਹੋਊਗੀ ਡਨ ਠੀਕ ਆ ਡਨ ਗਾਇਜ਼ ਅਗਰ ਤੁਹਾਨੂੰ ਫਿਰ ਵੀ ਸ਼ੱਕ ਲੱਗਦਾ ਯਾਰ ਜਿੱਤੇ ਅਸੀਂ ਆ ਵੀਰ ਰਾਮਗੜੀਆ ਚੈਨਲ ਸਾਰਿਆਂ ਨੂੰ ਪਤਾ ਹੀ ਯਾਰ ਦੱਸਣ ਦੀ ਲੋੜ ਨਹੀਂ ਹੈਗੀ ਵੈਸੇ ਮੈਂ ਲਿੰਕ 'ਚ ਡਿਸਕ੍ਰਿਪਸ਼ਨ 'ਤੇ ਲਿੰਕ ਵੀ ਦੇਤਾ ਜਾ ਕੇ ਉੱਥੇ ਦੇਖ ਲਿਓ ਵਲੌਗ ਉੱਥੇ ਵੀ ਆਪਾਂ ਹੀ ਜਿੱਤੇ ਹਾਂ ਬਾਕੀ ਐਡੀਟਿੰਗ ਕਰ ਕੁੱਤਵੇ ਉਹਦਾ ਕੁਛ ਨਹੀਂ ਪਤਾ ਗਾਈਸ ਮਿਲਦੇ ਆਪਾਂ ਅਗਲੇ ਵਲੌਗ 'ਚ ਤੇ 5000 ਜਿਵੇਂ ਲਾਈਕ ਭਾਈ ਨੇ ਕਿਹਾ 5000 ਲਾਈਕ ਹੋ ਗਏ ਤਾਂ ਆਪਾਂ ਫਿਰ ਕਲੈਬ ਕਰਾਂਗੇ ਤੇ ਬਸੰਤ ਤੇ ਫਾਈਟ ਕਰਾਂਗੇ ਫਿਰ ਬਸੰਤ ਦੇ ਵੱਡੇ ਵੱਡੇ ਗੁੱਡਿਆਂ ਨਾਲ ਤੇ ਲਾਸਟ ਵਿੱਚ ਜਿਵੇਂ ਕਿ ਮੇਰਾ ਡਾਇਲੋਗ ਆ ਕਿੱਦਾਂ ਫਿਰ 3 2 1 ਕਿੱਦਾਂ ਫਿਰ ਸੋ ਗਾਈਸ ਮਿਲਦੇ ਆਪਾਂ ਅਗਲੇ ਵਲੌਗ 'ਚ ਬਾਏ ਬਾਏ ਮੈਨੂੰ ਨਾਈਟ ਟਰੈਵਲਸ ਬਹੁਤ ਪਸੰਦ ਨੇ ਕਿਉਂਕਿ ਬਿਲਕੁਲ ਹੀ ਸਾਇਲੈਂਸ ਕੋਈ ਰੋਡ 'ਤੇ ਨਹੀਂ ਹੈਗਾ ਇੱਕਦਮ ਸਾਇਲੈਂਸ